ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਪੇਜ, ਦੀ ਹੈਰੀਟੇਜ ਆਫ ਪਾਕਿਸਤਾਨ, ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ, ਸ਼ਾਹਿਦ ਸ਼ਬੀਰ ਫੋਟੋਗ੍ਰਾਫੀ ਔਰ ਖੋਰੇ ਸੱਚ ਸੰਤਾਲੀ ਦੇ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਨੂੰ ਲੈ ਕੇ ਔਰ ਖਾਲਸਾ ਰਾਜ ਫੁੱਟਸਟੈਪਸ ਨੂੰ ਲੈ ਕੇ, ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਨੂੰ ਲੈ ਕੇ ਅੱਜ ਮੈਂ ਆਇਆ ਹੋਇਆ ਵਾਂ ਚਿਲਿਆਂਵਾਲੀ। ਚਿਲਿਆਂਵਾਲੀ ਇੱਕ ਬਹੁਤ ਇੰਪੋਰਟੈਂਟ ਜਗ੍ਹਾ ਹੈ, ਲੇਕਿਨ ਮੈਂ ਪਹਿਲੇ ਇਹਦੀ ਤੁਹਾਨੂੰ ਥੋੜ੍ਹੀ ਜਿਹੀ ਲੋਕੇਸ਼ਨ ਦੱਸਦਾ ਜਾਵਾਂ ਕਿ ਇਹਦੀ ਲੋਕੇਸ਼ਨ ਕੀ ਹੈ। ਮੈਂ ਇਸ ਵੇਲੇ ਹਾਂ ਨੌਰਥ ਵੈਸਟ ਪੰਜਾਬ ਦੇ ਵਿੱਚ, ਦਰਿਆਏ ਜੇਹਲਮ ਤੋਂ ਥੋੜ੍ਹਾ ਜਿੰਨਾ ਦੂਰ ਹਾਂ ਚਿਲਿਆਂਵਾਲੀ ਦੇ ਮੁਕਾਮ ਦੇ ਉੱਤੇ। ਇਹ ਜਿਹੜੀ ਰੋਡ ਹੈ ਇਹ ਮੰਡੀ ਬਹਾਵਲਦੀਨ ਤੋਂ ਆ ਰਹੀ ਹੈ ਔਰ ਇਹ ਜਿਹੜੀ ਗੱਡੀ ਜਾ ਰਹੀ ਹੈ ਇਸ ਪਾਸੇ, ਇਹ ਕਾਰ ਜਿਹੜੀ ਹੈ ਇਹ ਜਾ ਰਹੀ ਹੈ ਗੁਜਰਾਤ ਵਾਲੀ ਸਾਈਡ ਦੇ ਉੱਤੇ, ਸਿਟੀ ਆਫ ਗੁਜਰਾਤ। ਯਾਨੀ ਕਿ ਅਗਰ ਲਾਹੌਰ ਤੋਂ ਤੁਸੀਂ ਰਾਵਲਪਿੰਡੀ ਜਾਓ ਤਾਂ ਰਸਤੇ 'ਚ ਗੁਜਰਾਤ ਆਉਂਦਾ, ਉੱਥੋਂ ਵੀ ਇੱਧਰ ਆਇਆ ਜਾ ਸਕਦਾ ਔਰ ਮੰਡੀ ਬਹਾਵਲਦੀਨ ਤੋਂ ਵੀ ਆਇਆ ਜਾ ਸਕਦਾ। ਇਹ ਐਂਟਰੈਂਸ ਹੈ ਇਸ ਜਗ੍ਹਾ ਦੀ, ਚਿਲਿਆਂਵਾਲਾ ਮੋਨੂਮੈਂਟ। ਚਿਲਿਆਂਵਾਲਾ ਮੋਨੂਮੈਂਟ ਜਿਹੜਾ 1848 ਦੇ ਵਿੱਚ ਜਾਂ 1849 ਦੇ ਵਿੱਚ ਜਦੋਂ ਖਾਲਸਾ ਰਾਜ ਖਤਮ ਹੋਣ ਵਾਲੇ ਪਾਸੇ ਜਾਂਦਾ ਅਤੇ ਖਾਲਸਾ ਰਾਜ ਦੇ ਆਖਰੀ ਜਿਹੜੀ ਵਾਰਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਚਿਲਿਆਂਵਾਲਾ ਬੈਟਲ ਦਾ ਸੈਕਿੰਡ ਸਿੱਖ ਇੰਗਲੀਓ ਵਾਰ ਜਿਹੜੀ ਹੈ ਉਹਦਾ ਜ਼ਿਕਰ ਆਉਂਦਾ ਹੈ ਅਕਸਰ ਔਕਾਤ ਜਗ੍ਹਾ ਦੇ ਉੱਤੇ। ਹੈ ਤਾਂ ਇੱਕ ਯਾਦਗਾਰ ਹੈ, ਹੈ ਤਾਂ ਇੱਕ ਮੋਨੂਮੈਂਟ ਹੈ, ਲੇਕਿਨ ਇਹਦੇ ਪਿੱਛੇ ਛੁਪੀਆਂ ਬਹੁਤ ਜ਼ਿਆਦਾ ਸਾਰੀਆਂ ਕਹਾਣੀਆਂ ਨੇ। ਅਗਰ ਤਾਂ ਖਾਲਸਾ ਪੰਥ ਨੂੰ ਪੁੱਛਿਆ ਜਾਏ ਤਾਂ ਇੱਥੋਂ ਹੀ ਖਾਲਸਾ ਰਾਜ ਜਿਹੜਾ ਸਮਾਪਤ ਹੋਣਾ ਸ਼ੁਰੂ ਹੋ ਜਾਂਦਾ, ਖਤਮ ਹੋਣਾ ਸ਼ੁਰੂ ਹੋ ਜਾਂਦਾ। ਬ੍ਰਿਟਿਸ਼ ਨੇ ਵੀ ਸਿਰਫ ਆਪਣਾ ਮੋਨੂਮੈਂਟ ਲਾ ਕੇ, ਆਪਣੀਆਂ ਯਾਦਗਾਰਾਂ ਬਣਾ ਕੇ, ਸਲੀਵਾਂ ਲਾ ਕੇ, ਅਤੇ ਉਸ ਤੋਂ ਬਾਅਦ ਜਿਹੜਾ ਸੀ ਇਸ ਨੂੰ ਜਿਹੜਾ ਉਹ ਪ੍ਰੋਪਰ ਹਾਈਲਾਈਟ ਨਹੀਂ ਕੀਤਾ ਕਿ ਸਿੱਖਿਜ਼ਮ ਦੇ ਹਵਾਲੇ ਨਾਲ ਇਹਦੀ ਕੋਈ ਵੀ ਯਾਦਗਾਰ ਜਿਹੜੀ ਹੈ ਉਹ ਨਹੀਂ ਹੈ, ਕਿਉਂਕਿ ਇਸ ਵੇਲੇ ਕਿ ਬ੍ਰਿਟਿਸ਼ ਨੇ ਸਿਰਫ ਆਪਣੇ ਲਿਹਾਜ਼ ਨਾਲ ਦੀ ਜਿਹੜੀ ਹੈ ਕਵਰੇਜ ਕੀਤੀ ਔਰ ਇਹਦੇ ਉੱਤੇ ਸਾਰਾ ਕੁਛ ਜਿਹੜਾ ਉਹ ਬ੍ਰਿਟਿਸ਼ ਹਵਾਲਿਆਂ ਨਾਲ ਹੀ ਲਿਖਿਆ ਹੋਇਆ। ਮੇਰੇ ਨਾਲ ਆਏ ਨੇ ਅੱਜ ਬਸ਼ੀਰ ਸਾਹਿਬ ਰਾਵਲਪਿੰਡੀ ਤੋਂ, ਅਕਸਰ ਔਕਾਤ ਮੇਰੇ ਨਾਲ ਜਿਹੜੇ ਨੇ ਮੌਜੂਦ ਹੁੰਦੇ ਨੇ ਔਰ ਅਸੀਂ ਹਿਸਟੋਰੀਕਲ ਪਲੇਸਿਸ 'ਤੇ ਜਾਂਦੇ ਹਾਂ। ਟਿੱਲਾ ਜੋਗੀਆਂ 'ਤੇ ਵੀ ਸਾਡੇ ਨਾਲ ਸਨ। ਇਹ ਹੈ ਜੀ ਉਹ ਮੋਨੂਮੈਂਟ ਜਿਹੜਾ ਸਲੀਵ ਹੈ ਉਹਨਾਂ ਨੇ ਆਪਣਿਆਂ ਵਾਸਤੇ ਜਿਹੜਾ ਲਾਇਆ ਔਰ ਇਹਦੇ ਬਿਲਕੁਲ ਅਗਰ ਦੇਖੋ ਤੁਸੀਂ ਐਂਗਲ ਦੇ ਉੱਤੇ ਤਾਂ ਇਹ ਮੋਨੂਮੈਂਟ ਆਫ ਚਿਲਿਆਂਵਾਲਾ ਜਿਹੜਾ ਉਹ ਹੈ। ਲਓ ਜੀ ਇਹਦੀ ਹਾਈਡਿੰਗ ਹੈ। ਇਹ ਸਿਰਫ ਆਪਣਿਆਂ ਦੀ ਤਾਰੀਫ ਲਿਖੀ ਹੈ ਉਹਨਾਂ ਨੇ, ਇਹਦੇ ਵਿੱਚ ਜਿਹੜਾ ਬ੍ਰਿਟਿਸ਼ ਸਰਕਾਰ ਦੇ ਮੁਤਲਕ ਹੀ ਲਿਖਿਆ, ਉਸ ਤੋਂ ਇਲਾਵਾ ਉਹਨਾਂ ਨੇ ਕਿਸੇ ਹੋਰ ਬਾਰੇ ਨਹੀਂ ਲਿਖਿਆ। ਔਰ ਇਹ ਉਹ ਡਿਟੇਲਸ ਨੇ ਵਾਰਸ ਦੀਆਂ, ਨੇਮਸ ਆਫ ਯੂਰਪੀਅਨ, ਨੇਮਸ ਆਫ ਯੂਰਪੀਅਨਸ ਆਫੀਸਰਸ ਕਿਲ ਔਰ ਡਾਇਡ ਆਫ ਵਾਉਂਡਸ ਸਟਾਰਟ ਫਰੋਮ ਹੇਅਰ ਬ੍ਰਿਗੇਡੀਅਰ ਜੌਨ
ਸੈਂਡਸਟੋਨ ਬਣੀ ਹੋਈ, ਸੈਂਡਸਟੋਨ ਦੇ ਨਾਲ ਬਣਾਈ ਗਈ ਜਿਹੜੀ ਹੈ ਸਲੀਵ ਹੈ, ਉਹਦੇ 'ਤੇ ਕਾਫੀ ਫੁਲਕਾਰੀਆਂ ਕੀਤੀਆਂ ਹੋਈਆਂ ਨੇ, ਲੇਕਿਨ ਇਹਦੇ ਉੱਤੇ ਸਿਰਫ ਔਰ ਸਿਰਫ ਉਹਨਾਂ ਨੇ ਬ੍ਰਿਟਿਸ਼ ਔਰ ਯੂਰੋਪੀਅਨ ਆਫੀਸਰਸ ਦੇ ਨੇਮਸ ਹੀ ਮੈਨਸ਼ਨ ਕੀਤੇ ਨੇ, ਨਾ ਕਿ ਲੋਕਲ ਪੰਜਾਬੀਆਂ ਦੇ। ਇੱਥੇ ਕੋਈ ਨਾਮ ਜਾਂ ਕੋਈ ਗੱਲਬਾਤ ਉਹਨਾਂ ਦੇ ਮਤਲਬ ਜਿਹੜੀ ਹੈ ਉਹ ਸ਼ੇਅਰ ਨਹੀਂ ਕੀਤੀ ਗਈ। ਬਸ ਇਹ ਦੱਸਿਆ ਗਿਆ ਕਿ ਬਰੇਵਲੀ ਜਿਹੜੀ ਹੈ ਪੰਜਾਬ ਦੀ ਫੋਰਸ ਜਿਹੜੀ ਹੈ ਉਹ ਲੜੀ ਇੱਥੇ, ਲੇਕਿਨ ਅੱਗੇ ਕੋਈ ਖਾਸ ਡਿਟੇਲ ਨਹੀਂ, ਬਾਕੀ ਸਾਰਾ ਦਾ ਸਾਰਾ ਆਪਣਿਆਂ ਦੇ ਬਾਰੇ ਹੀ ਦੱਸਿਆ ਗਿਆ ਹੈ। ਰੂਟਸ ਬੜੀਆਂ ਡੀਪ ਨੇ ਖਾਲਸਾ ਰਾਜ ਦੀਆਂ। ਮੇਰੇ ਨਾਲ ਆ ਜਾਏ ਮੇਰੇ ਆਪਣੇ ਮੇਰੇ ਪਿਆਰੇ ਮੇਰੇ ਵੀਰ ਜਿਹੜੇ ਨੇ ਮੇਰੇ ਆਪਣੇ ਵੀਰ ਗੁਰਪ੍ਰੀਤ ਸਿੰਘ ਆਨੰਦ ਸਾਹਿਬ, ਜੋ ਕਿ ਕਵਰ ਕਰਨ ਵਾਸਤੇ ਆਏ ਨੇ ਅੱਜ ਚੇਲੀਆਂ ਵਾਲਾ ਸੈਕਿੰਡ ਸਿੱਖ ਇੰਗਲਿਸ਼ ਵਾਰ ਜਿਹੜੀ ਹੈ ਉਹਦੀ ਡਿਟੇਲਸ ਵਾਸਤੇ। ਇੱਥੇ ਜਿਹੜਾ ਮੈਦਾਨ ਸਜਦਾ ਲੱਗਦਾ ਹੈ, ਖਾਲਸਾ ਰਾਜ ਦਾ ਡਾਊਨਫਾਲ ਹੁੰਦਾ ਹੈ ਜਦੋਂ ਡੇਟ ਮੈਂਸ਼ਨ ਹੈ ਕਿ 1849 13 ਜਨਵਰੀ 1849, ਯਾਨੀ ਕਿ ਸੈਕਿੰਡ ਜਿਹੜੀ ਵਾਰ ਹੈ ਇੱਥੇ ਹੁੰਦੀ ਹੈ, ਔਰ ਆਈ ਥਿੰਕ ਥਰਡ ਔਰ ਫਾਈਨਲ ਵਾਰ ਜਿਹੜੀ ਹੈ ਨਾ ਉਹ ਜਾ ਕੇ ਹੁੰਦੀ ਹੈ ਉੱਥੇ। ਥਰਡ ਵਾਰ ਜਿਹੜੀ ਹੈ ਉਹ ਮੁਲਤਾਨ ਵਿੱਚ ਹੁੰਦੀ ਹੈ ਫਾਈਨਲੀ, ਔਰ ਉਸ ਤੋਂ ਬਾਅਦ ਜਿਹੜਾ ਉਹ ਖਾਲਸਾ ਰਾਜ ਖਤਮ ਹੋ ਜਾਂਦਾ। ਮੈਂ ਇਹਦੀ ਕਲੋਜ਼ ਥੋੜ੍ਹੀ ਜਿਹੀ ਦਿਖਾਉਂਦਾ ਜਾਵਾਂ, ਇੰਗਲਿਸ਼ ਟੈਕਸ ਆਰੂ ਨੂੰ ਔਰ ਐਂਡ ਤੋਂ ਬਾਅਦ ਫਾਲ, ਮਤਲਬ ਕਿ ਖਤਮ ਹੁੰਦਾ ਸਾਰਾ। ਫਿਰ ਕੁਛ ਲੋਕ ਕਹਿੰਦੇ ਨੇ ਕਿ ਧਿਆਨ ਸਿੰਘ ਦਾ ਹੱਥ ਨਹੀਂ ਸੀ, ਧਿਆਨ ਸਿੰਘ ਡੋਗਰਾ ਅਗਰ ਪ੍ਰੋਪਰ ਉਸ ਵਕਤ ਫੋਰਸਿਸ ਭੇਜ ਦਿੰਦਾ ਇੱਥੇ ਔਰ ਹਰੀ ਸਿੰਘ ਇੱਥੇ ਭੇਜ ਦਿੰਦਾ ਆਪਣੀ ਫੋਰਸਿਸ, ਤਾਂ ਸ਼ਾਇਦ ਅੱਜ ਪੰਜਾਬ ਦਾ ਕੁਛ ਨਕਸ਼ਾ ਹੋਰ ਹੁੰਦਾ। ਲੇਕਿਨ ਬਰਕਫ ਹੋਣੀ ਉਹੀ ਹੁੰਦੀ ਹੈ ਜਿਹੜੀ ਕਿ ਲਿਖੀ ਜਾ ਚੁੱਕੀ ਹੋਵੇ। ਹਿੰਦੀ ਦੇ ਸਕ੍ਰਿਪਟ ਨੇ ਕੋਈ 50 ਫੁੱਟ ਉੱਚਾ ਮੋਨੂਮੈਂਟ। ਵੈਦਰ ਕੁਛ ਕਲਾਉਡੀ ਜਿਹਾ ਹੋ ਰਿਹਾ ਜਿਸ ਦੀ ਵਜ੍ਹਾ ਨਾਲ ਇਸ ਵਾਸਤੇ 13 ਜਨਵਰੀ 1849 ਲਿਖਿਆ ਹੋਇਆ ਅੰਗਰੇਜ਼ ਫੌਜ ਜਿਨਕਾ ਸਰਦਾਰ ਲਾਰਡ ਗੌਫ ਸਾਹਿਬ। ਫਿਰ ਉਹੀ ਗੱਲ ਕਿ ਆਪਣਿਆਂ ਦੀ ਹੀ ਸਾਰੀ ਦੱਸੀ ਗਈ ਹੈ, ਪੰਜਾਬੀਆਂ ਬਾਰੇ ਕੁਛ ਖਾਸ ਨਹੀਂ ਲਿਖਿਆ ਗਿਆ। ਬਸ ਇਹੀ ਲਿਖਿਆ ਕਿ ਬੜੀ ਬਹਾਦਰੀ ਨਾਲ ਦੋਵੇਂ ਜਿਹੜੀਆਂ ਸਨ ਟੀਮਾਂ ਖੂਬ ਜੰਮ ਕੇ ਲੜੀਆਂ। ਹਾਏ ਹਾਏ ਇਹ ਪਰਸ਼ੀਅਨ ਟੈਕਸਟ ਦੇ ਵਿੱਚ ਹੈ ਸਾਰਾ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਲੋਕ ਇੱਥੇ ਅਕਸਰ ਵਿਜ਼ਿਟ ਕਰਨ ਵਾਸਤੇ ਆਉਂਦੇ ਨੇ। ਇਹ ਸਾਰੀਆਂ ਗ੍ਰੇਵਸ ਨੇ, ਇਹ ਮੋਨੂਮੈਂਟਸ ਜਿਹੜੇ ਬਣੇ ਹੋਏ ਨੇ ਗ੍ਰੇਵਸ ਨੇ, ਇਹਨਾਂ ਥੱਲੇ ਸੌਆਂ ਦੀ ਤਾਦਾਦ ਦੇ ਨਾਲ ਸਿੱਖ ਔਰ ਅੰਗਰੇਜ਼ ਲੋਕ ਜਿਹੜੇ ਨੇ ਉਹ ਦਫਨ ਨੇ। ਇਹ ਗ੍ਰੇਵਸ ਨੇ, ਇਹ ਲੰਬਾ ਖੱਡਾ ਕਰਕੇ ਇੱਥੇ ਦਫਨਾ ਦਿੱਤੇ ਗਏ ਸਾਰੇ ਦੇ ਸਾਰੇ ਹੀ। ਇਹ ਦੇਖੋ ਇਹ ਜਗ੍ਹਾ ਜਿੱਥੇ ਮੈਂ ਗੁਜ਼ਰ ਰਿਹਾ ਹਾਂ, ਇਹਦੇ ਥੱਲੇ ਸਾਰੇ ਡੈੱਡ ਬੋਡੀਜ਼ ਕੀਤੀਆਂ ਗਈਆਂ ਸਨ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ।
और तुसी देख रहे हो सेकंड बैटल और सेकंड सिख इंग्लिश वॉर चिलियांवाला मंडी बहावलदीन। इस सराउंडिंग एरिए उत्ते जिनी जगह है अज भी इस मोनूमेंट के नाम से वे और इत्थे तकरीबन एक मुरबा जमीन है चारों पासे और अंग्रेज सरकार ने जिहड़े इस जगह के केयरटेकर ने उन्होंने दे रखी है कि तुसी वाही बीजी करो और खाओ और ये पासे चारों पासे लैंड नू कुछ चीज़ बनाने दे इजाजत नहीं है। इस वास्ते कि जगह खाली रहे और दूर तो मोनूमेंट लोगों नू नज़र आ सके। अपनिया शहीदियाँ तो सब याद रही, अपना सब कुछ याद रहा, बाकी जो लोग जिहड़े मिट्टी दे लोग सन, जिहड़े पंजाब देश दे लोग सन, उन्हां बारे कुछ भी नहीं लिखा गया और आज सिर्फ डाउनफॉल लिखा है, फॉल लिखा है सिखराज, बाकी उस तो अलावा कोई चीज़ नहीं दसी गई। और इत्थे दस्या गया कि सिख जिहड़े बहादुर सन वो बड़ी जान मर्दी नाल लड़े और उन्होंने सब कुछ जिहड़ा अपना दाव ते ला दिता और हार नहीं मनी, गर्दना कटा लियाँ, सीने दे गोलियाँ खा लियाँ और चुके नहीं। और उस तो बाद ठीक 2 महीने के अंदर अंदर जिहड़ा मुल्तान का किला भी खाली करा लिया गया। मैं मुल्तान के किले च भी गया सी वीडियो करने वास्ते और मैं थानू ओ लास्ट बाउंड्रीज ऑफ पंजाब राज या खालसा राज जुड़िया सन वो मैं दसिया सन। बहुत ज़्यादा सारे लोग इत्थे फोटोग्राफी वास्ते भी आते हैं और मोनूमेंट के मुतलक जानकारी लैन वास्ते भी आते हैं। मैं हाँ तुहाडा अपना होस्ट बाबा जी और तुसी देख रहे हो सिख एंग्लियो वॉर सेकेंड सिख एंग्लियो वॉर मोनूमेंट इन चिलियांवाला। फिर हाजोवांगा सिख एंग्लियो वॉर थर्ड वॉर जिहड़ी के रामनगर मौजूदा रसूल नगर और दरियाए चनाब के किनारे ते स्परिंग जिहड़ा रिसोर्ट सी महाराजा रणजीत सिंह दा या बारादरी सी महाराजा रणजीत सिंह दी उहदे मुतलक तुहानूं मैं दसांगा। अज दी मेरी है शाम खालसा पंथ दे नाम और उस अरूज तो जवाल दे नाम जिहड़ी कि कदी पंजाबी राज हुंदा सी। दुख तो बड़ा हुंदा है कि कोई होर आके कब्ज़ा करे और लोकल लोगों का राज खत्म करे, ये गल सिर्फ समझन दी है। इंसान अगर समझे तो बहुत कुछ है, ना समझे तो कुछ भी है, कुछ भी नहीं है। मैं हाँ तुहाडा अपना होस्ट बाबा जी, देखते रहो खालसा राज फुटस्टैप्स इन पाकिस्तान।